ਨਿਊਜ਼ ਪੰਜਾਬ ਦੀ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ। ਜਿੱਥੇ ਪੰਜਾਬ ਸਰਕਾਰ ਵੱਲੋਂ ਘਰ ਘਰ ਨੌਕਰੀ ਦੇਣ ਦੇ ਕੀਤੇ ਜਾ ਰਹੇ ਹਨ ਵਾਅਦੇ, ਉੱਥੇ ਅੱਜ ਜਗਰਾਵਾਂ ਵਿੱਚ ਰੋਜ਼ਗਾਰ ਮੇਲਾ ਲਗਾਇਆ ਗਿਆ, ਜਿਸ ਵਿੱਚ 1500 ਤੋਂ 1800 ਤੱਕ ਲੜਕੇ ਲੜਕੀਆਂ ਨੇ ਭਾਗ ਲਿਆ। ਪਰ ਇਸ ਮੇਲੇ ਵਿੱਚੋਂ ਨੌਜਵਾਨਾਂ ਨੂੰ ਨਿਰਾਸ਼ ਹੋ ਕੇ ਵਾਪਸ ਆਉਣਾ ਪਿਆ। ਆਓ ਸੁਣੋ ਉਹਨਾਂ ਦੀ ਜਵਾਨੀ। ਮੇਰੀ MBA ਦੀ ਜੋਬ ਹੈ, MBA ਕੀਤੀ ਹੋਈ ਹੈ ਮੇਰੀ, ਠੀਕ ਹੈ। ਇੱਥੇ ਕੋਈ ਉਸ ਰਿਗਾਰਡਿੰਗ ਜੋਬ ਨਹੀਂ ਹੈਗੀ, ਇੱਥੇ ਸਿਰਫ ਸੇਲਸ ਐਗਜ਼ੀਕਿਊਟਿਵ ਹੈ। ਇਸ ਮੇਲੇ ਦੀ ਅਗਵਾਹੀ ਜਗਰਾਵਾਂ ਦੇ SDM ਬਲਜਿੰਦਰ ਸਿੰਘ ਢਿੱਲੋਂ ਦੁਆਰਾ ਕੀਤੀ ਗਈ। ਜੋ ਕੁੱਲ ਆਇਆ ਜੀ, ਸੁਬਹਾ ਦੇ ਆਏ ਹਾਂ, ਇੱਥੇ ਕੋਈ ਫਾਇਦਾ ਫੂਦਾ ਨਹੀਂ ਗਾ, ਕੋਈ ਸਰਕਾਰੀ ਨੌਕਰੀ ਨਹੀਂ, ਕੋਈ ਫਲਾਨਾ ਢਹਿਮਕਾ, ਬਾਹਰਲੀਆਂ ਕੰਪਨੀਆਂ ਆ ਕੇ ਭਰਤੀਆਂ ਇੱਥੇ, ਇਹ ਜਮਾ ਫੇੜ ਆਈ ਨਹੀਂ ਜੀ, ਧੱਕੇ ਖਾਣੀ ਸਵੇਰ ਦੇ ਆਏ ਹੋਏ, ਜੋ ਫਰੀ ਆ, ਬਾਹਰ ਕਸੂਰ ਲਿਖਿਆ, ਅੰਦਰ ਕਸੂਰ ਬੰਦੇ ਜੋੜਦੇ ਆ ਜੀ, ਪ੍ਰਾਈਵੇਟ ਕੰਪਨੀਆਂ ਸਾਰੀ। ਜਿੱਥੇ ਅੱਜ ਨੌਜਵਾਨ ਇੱਕ ਉਮੀਦ ਲੈ ਕੇ ਆਏ ਸਨ ਕਿ ਸਾਡੀ ਬੇਰੁਜ਼ਗਾਰੀ ਦੂਰ ਹੋ ਜਾਵੇਗੀ, ਲੇਕਿਨ ਉਹਨਾਂ ਦੀ ਇਹ ਉਮੀਦ ਉਸ ਵੇਲੇ ਟੁੱਟ ਗਈ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਕੋਈ ਸਰਕਾਰੀ ਨੌਕਰੀ ਨਹੀਂ ਬਲਕਿ ਪ੍ਰਾਈਵੇਟ ਨੌਕਰੀਆਂ ਲਈ ਬੁਲਾਇਆ ਗਿਆ ਹੈ, ਜੋ ਕਿ ਇਹ ਨੌਕਰੀਆਂ ਉਹਨਾਂ ਦੀ ਪੜ੍ਹਾਈ ਦੇ ਲੈਵਲ ਤੋਂ ਬਹੁਤ ਹੀ ਹੇਠਾਂ ਹਨ। ਬਸ ਇਸ ਵੇਲੇ ਤਾਂ ਐਂ ਧੱਕੇ ਖਾਂਦੇ ਆ, ਫਿਰ ਜਾਂਦੇ ਪੜ੍ਹੇ ਲਿਖੇ ਮੁੰਡੇ ਸਾਰੇ ਜੀ, ਅਸੀਂ 12-12 ਪੜ੍ਹੇ ਵਾਲੇ ਤਾਂ ਹੈਗੇ, ਜਿਹੜੇ ਮੁੰਡੇ ਪੜ੍ਹੇ ਲਿਖੇ ਤਾਂ ਮੁੜ ਗਏ ਸਾਰੇ, ਬਸ ਅਸੀਂ ਕਿਹੜੇ ਕੱਢੀ ਜਾਂਦੇ ਜੀ। ਇਸ ਰੋਜ਼ਗਾਰ ਮੇਲੇ ਦਾ ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ, ਬਸ ਫਾਰਮੈਲਿਟੀ ਹੈ ਜੀ, ਨੰਬਰ ਲੈ ਜਾਂਦੇ ਜੀ ਆਪਦਾ, ਸਾਡੇ ਦਫ਼ਤਰ ਆਓ ਅਤੇ ਇੰਟਰਵਿਊ ਲੈ ਲਵਾਂਗੇ। ਲਗਭਗ 1100-1200 ਹਾਲੇ ਤੱਕ ਬੱਚਿਆਂ ਨੇ ਰਜਿਸਟਰ ਕੀਤਾ ਔਰ 22 ਕੰਪਨੀਆਂ ਨੇ ਜਿਹੜੀਆਂ ਉਹਨਾਂ ਵੱਲੋਂ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਤੇ ਜਾ ਰਹੇ ਨੇ, ਜਿਹੜੇ ਉਹਨਾਂ ਨੂੰ ਸੂਟੇਬਲ ਕੈਂਡੀਡੇਟ ਹੋਣਗੇ ਉਹਨਾਂ ਨੂੰ ਸ਼ਾਰਟਲਿਸਟ ਕੀਤਾ ਜਾ ਰਿਹਾ, ਜੇ ਕਿਸੇ ਨੂੰ ਥੋੜ੍ਹੀ ਟ੍ਰੇਨਿੰਗ ਦੀ ਲੋੜ ਹੈ ਉਹਨਾਂ ਨੂੰ ਟ੍ਰੇਨਿੰਗ ਲਈ ਵੀ ਕੀਤਾ ਜਾ ਰਿਹਾ, ਜੇ ਕੋਈ ਆਪਣੇ ਸਹਾਇਕ ਧੰਦੇ ਕਰਕੇ ਲੋਨ ਵਗੈਰਾ ਜਿਵੇਂ ਭਾਰਤ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਸਕੀਮਾਂ ਚੱਲਦੀਆਂ ਉਹਨਾਂ ਪ੍ਰਤੀ ਵੀ ਜਾਗਰਿਤ ਕਰਕੇ ਲੋਕਾਂ ਨੂੰ ਆਪੋ ਆਪਣੇ ਆਪਣੇ ਘਰਾਂ ਦੇ ਵਿੱਚ ਜਿਹੜੇ ਸੈਲਫ ਇੰਪਲੋਇਮੈਂਟ ਆ ਉਹਦੇ ਲਈ ਵੀ ਦੱਸਿਆ ਜਾ ਰਿਹਾ। ਸਰ ਕੋਈ ਗੌਰਮੈਂਟ ਜੋਬਸ ਨੇ, ਸਾਰੀਆਂ ਪ੍ਰਾਈਵੇਟ ਹੀ ਨੇ? ਇਸ ਇੱਥੇ ਜਿਹੜੀਆਂ ਨੇ ਪ੍ਰਾਈਵੇਟ ਨੇ, ਗੌਰਮੈਂਟ ਜੋਬਸ ਦੇ ਜਿਹੜੇ ਪ੍ਰੋਸੀਜਰ ਨੇ ਉਹ ਬੜੇ ਇਸਟੈਬਲਿਸ਼ਡ ਨੇ ਔਰ ਉਹਨਾਂ ਦਾ ਟੈਸਟ ਬੇਸ ਜਿਵੇਂ ਵੀ ਤਰੀਕਾ ਹੁੰਦਾ ਉਹ ਵੱਖੋ ਵੱਖਰੇ ਤਰੀਕੇ 'ਤੇ ਇਸ਼ਤਿਹਾਰ ਦੇ ਕੇ, ਜਿਵੇਂ ਅੱਜ ਕੱਲ੍ਹ ਪੰਜਾਬ ਬਿਜਲੀ ਬੋਰਡ 'ਚ ਕਾਫੀ ਨੌਕਰੀਆਂ ਨਿਕਲੀਆਂ ਹੋਈਆਂ, ਇੱਦਾਂ ਹੀ ਜਿਵੇਂ ਪੰਜਾਬ ਸਰਕਾਰ ਦੇ ਲੈਵਲ 'ਤੇ ਬਿਆਨ ਆ ਰਹੇ ਆ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਲਗਭਗ 50,000 ਤੋਂ ਲੈ ਕੇ ਵੱਧ ਨੌਕਰੀਆਂ ਆਉਣਗੀਆਂ। ਸਰ ਇੱਥੇ ਉਹ ਜਿੰਨਾ ਵੀ ਯੂਥ ਆਇਆ, ਚਾਹੇ ਉਹ ਗਰਲਸ ਆ ਚਾਹੇ ਬੋਇਜ਼ ਆ, ਉਹ ਕਹਿੰਦੇ ਕਿ ਸਾਡੀ ਜਿੰਨੀ ਸਟੱਡੀ ਹਾਇਰ ਕੀਤੀ ਹੋਈ ਉਸ ਲੈਵਲ ਦੀ ਜੋਬ ਹੈ ਨਹੀਂ, ਇੱਥੇ ਸਿਰਫ ਡਿਲੀਵਰੀ ਬੋਆਏ ਦੀਆਂ ਜਾਂ ਇੰਸ਼ੋਰੈਂਸ ਕੰਪਨੀ ਦੀਆਂ ਜਾਂ ਮਾਰਕੀਟਿੰਗ ਦੀ ਜੋਬ ਹੀ ਹੈ, 4-5 ਹਜ਼ਾਰ ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਦੀ, ਕੋਈ ਇਹਦਾ ਬੈਨੀਫਿਟ ਨਹੀਂ ਆ ਸਾਨੂੰ, ਕਹਿੰਦੇ ਇਸ ਮੇਲੇ ਦਾ ਜੇ ਤਾਂ ਇੰਨੀ ਜੋਬ ਤਾਂ ਅਸੀਂ ਬਾਹਰੋਂ ਜਿੱਥੋਂ ਖਾਣੀ। ਨਹੀਂ ਐਸੀ ਗੱਲ ਨਹੀਂ ਹੈ, ਜਿਹੜੇ ਹਿਸਾਬ ਦੀ ਦੇਖੋ ਫਿੱਟ ਕਰਨਾ ਹੁੰਦਾ, ਕੰਪਨੀਆਂ ਨੂੰ ਆਪਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਵੀ ਚਾਹੀਦਾ,
ਆਪਾਂ ਕਿਸੇ ਨੂੰ ਜੇ ਤੁਸੀਂ ਵੀ ਕਿਸੇ ਨੂੰ ਰੱਖਣਾ ਹੋਵੇ ਤੁਸੀਂ ਵੀ ਉਹਦੀ ਯੋਗਤਾ ਦੇ ਹਿਸਾਬ ਨਾਲ ਪੇ ਮਿਲੇਗੀ। ਬਾਕੀ ਸਰਕਾਰ ਵੱਲੋਂ ਲੇਬਰ ਡਿਪਾਰਟਮੈਂਟ ਵੱਲੋਂ ਵੱਖੋ ਵੱਖ ਨੌਕਰੀਆਂ ਦੇ ਵੱਖੋ ਵੱਖ ਪੇ ਨਿਰਧਾਰਤ ਹੈ, ਉਹਦੇ ਤਹਿਤ ਹੀ ਸਾਰਾ ਕੁਝ ਦੇ। ਸਰ ਇੱਕ ਤੁਸੀਂ ਆਪਣਾ ਇੱਕ ਮਿੰਟ ਸਰ ਇੱਕ ਮਿੰਟ ਸਰ ਇੱਕ ਮਿੰਟ ਇੱਕ ਸੈਕਿੰਡ ਸਰ ਇੱਕ ਇੱਕ ਕੁਐਸਚਨ ਹੋ ਰਿਹਾ ਬਸ ਕਲਾਸ ਸਰ ਉਹ ਫਿਰ ਤੁਸੀਂ ਨਹੀਂ ਇੱਕ ਸਰ ਜਿਵੇਂ ਆਪਾਂ ਚਾਈਲਡ ਲੇਬਰ ਦੇ ਅਗੇਂਸਟ ਹਮੇਸ਼ਾ ਕੰਮ ਕਰਦੇ ਆ, ਉਸੇ ਤਰ੍ਹਾਂ ਇੱਥੇ ਵੀ ਪਲੱਸ ਟੂ ਜਿਹੜੇ ਸਟੂਡੈਂਟਸ ਨੇ ਨਾਨ ਮੈਡੀਕਲ ਕਮਰਸ ਮੈਡੀਕਲ ਦੇ ਉਹ ਆਪ ਇੱਥੇ ਫਾਰਮ ਫਿਲ ਕਰ ਰਹੇ ਆ ਜੀ, ਟੀਚਰਸ ਵੱਲੋਂ ਉਹਨਾਂ ਦੀ ਡਿਊਟੀਆਂ ਲਾਈਆਂ ਗਈਆਂ, ਉਹ ਜਾਇਜ਼ ਹੈ ਜੀ? ਅਤੇ ਉਹ ਤਾਂ ਵਾਲੰਟੀਅਰ ਹੈ, ਦੇਖੋ ਸੇਵਾ ਦਾ ਇੱਕ ਕਨਸੈਪਟ ਹੈ, ਬੱਚੇ ਨੂੰ ਟ੍ਰੇਨਿੰਗ ਹੀ ਨਹੀਂ ਦੇਵਾਂਗੇ। 14 ਸਾਲ ਤੋਂ ਉੱਪਰ ਜਿਹੜਾ ਵਾਲੰਟੀਅਰ ਜੋਬ ਕਰ ਸਕਦਾ, ਕਿਸੇ ਨੂੰ ਚਾਈਲਡ ਲੇਬਰ ਨਹੀਂ ਕਰਾਈ ਜਾ ਰਹੀ, ਸਿਰਫ ਜਿਹੜਾ ਹੈਗਾ ਵਾਲੰਟੀਅਰ ਦੇ ਤੌਰ 'ਤੇ ਉਹਨਾਂ ਦੀ ਮਦਦ ਲਈ ਜਾ ਰਹੀ, ਉਹਨਾਂ ਦੇ ਭਵਿੱਖ ਵਾਸਤੇ ਉਹਨਾਂ ਨੂੰ ਤਿਆਰ ਕੀਤਾ ਜਾ ਰਿਹਾ। ਜੇ ਕੋਈ ਕਿਸਾਨ ਆਪਦੇ ਖੇਤ 'ਚ ਬੱਚੇ ਨੂੰ ਰੋਟੀ ਲੈ ਕੇ ਭੇਜ ਦਿੰਦਾ ਵੀ ਤੂੰ ਜਾ ਵੱਡਿਆਂ ਦੀ ਰੋਟੀ। ਨਿਊਜ਼ ਪੰਜਾਬ ਦੀ ਬਿਊਰੋ ਦੇ ਨਾਲ ਜਗਰਾਮਾ ਤੋਂ ਰਾਜ ਬੱਬਰ ਦੀ ਖਾਸ ਰਿਪੋਰਟ। ਸੋਨੀ ਆਵਾਜ਼ ਸੁਣਦੇ ਹੋ।